प्यारे दोस्तों, की हाल चाल है? सब दोस्तों का ठीक ठाक हो, खैर खरीद दे नाल हो। और जिस तरह सब दोस्तों ने पता है, असी ज़िला गुजरात की सरजमीन ते गुजराती शहर और अच्छे दोस्त अच्छे कबूतरों का शौक करवा रहे और चैंपियन छतों का शौक करवा रहे। उसके नाल नाल ही माशाला उस्ताद मिठू लाली साहब के शिगिर्द, जो कि आप भी माशाला पंजाब चैंपियन ने, और उन्होंने शिगिर्द उस्ताद बाबू गुजर साहब, जो कि हर साल अच्छी परफॉर्मेंस देते हैं और इस दफा असू च भी बहुत अच्छी परफॉर्मेंस दी है। 13-14 कपां दे माशाला चैंपियन होए ने और कुछ घर ने 1-1 मुकाबले से वो भी विन कर गए ने, जिन्हें बड़े अच्छे अच्छे नॉमीनेट कर ने और बड़ा अच्छा उन्होंने शौक देखने को दिखाया दोस्तों जिले गुजरात से। और बड़ी खसूसी वाली गल है कि जो भी उस्ताद बाबू गुजर होंगे ने, हाले मुकीम दुबई होंगे ने, माशाला सारा सिलसिलेकार बरसरे जोर रोज़गार उन्होंने दुबई है, लेकिन कबूतरबाजी की खातर खां जेठ हो या चेतर है कि जिस साल इन्हें छत उड़ेगी वो सारा कुछ छड़ के पाकिस्तान आए हैं, कबूतरबाजी करते हैं, शौक करते हैं, अपना इंजॉयमेंट करते हैं, उस तो बाद फिर शौक करके दुबई निकल जाते हैं। अभी बड़ा औखा टाइम लिया उन्होंने को, तो उन्होंने मेहरबानी उन्होंने टाइम दिता, बल्कि टाइम दिता कि इंजॉय भी बहुत करवाया माशाला, शौक भी करा रहे हैं छतों का, कोई लैके जा सारे कबूतर बाहर कटते हैं। वालेकुम सलाम रणा सनावला भाई। वालेकुम असलाम सनावला भाई। भट्टी साहब, भट्टी साहब ठीक हो जनाब? खरीद दे नाल हो जी। अस्सलाम वालेकुम बाबू भाई। वालेकुम सलाम भाई जान। मोबाइल छोड़ो कि तो मामला तो अगे चलेंगे। गप शप में थलो बहुत ला के आया वहाँ। हाँ जी, जी माशाल्लाह बाबू जी ने कोई थोड़ा जा कोई दुबई मैसेज कर रहे ने, वो कर लैन। शरोज भाई ने नाल जी। शरोज भाई की हाल है? ठीक हो? से ठीक है बड़ी अल्लाह दे। शरोज भाई सुनाओ माशाल्लाह, ऐतकी असू दा मजा आया जी शौक दा बाबू दा? बिल्कुल इंशाल्लाह जी, बड़ा मजा आया, पूरे पंजाब च अच्छी परफॉर्मेंस रही है जी। रोज दी फिरता नाल किन्ने के किस तरह कबूतर बैठदे रहे ने? दोस्त मेरी नजर च बचपन का प्यार है। ठीक हो? से ठीक है। बाबू जी पहले तो बहुत शुक्रिया और थैंक यू सो मच तुहाडा कि तुसी कल दा टाइम दे रहे हो और सानू इतनी इतनी अच्छी छतां ते विजिट करा रहे हो, ਉਹਦੇ ਵਾਸਤੇ ਟੂ ਬੀ ਓਨਰ ਥੈਂਕ ਯੂ ਸੋ ਮਚ ਭਾਈ। ਤੁਸੀਂ ਸਾਡੇ ਤੇ ਉਸ ਤੋਂ ਬਾਅਦ ਬਾਬੂ ਜੀ ਮਾਸ਼ਾਅੱਲਾ ਇਸ ਦਫਾ ਤੇ ਹਰ ਦਫਾ ਤੁਹਾਡੇ ਕਬੂਤਰ ਅੱਛੇ ਉੱਡਦੇ ਨੇ, ਲੇਕਿਨ ਇਸ ਦਫਾ ਕੁਛ ਜ਼ਿਆਦਾ ਹੀ ਅੱਛੇ ਉੜੇ ਨੇ ਤੇ ਪੰਜਾਬ 'ਚ ਵੀ ਮਾਸ਼ਾਅੱਲਾ ਪੋਜੀਸ਼ਨਾਂ ਲਈਆਂ ਨੇ। ਉਸ ਤੋਂ ਬਾਅਦ ਤੁਸੀਂ ਜਿਤਨੇ ਵੀ ਜ਼ਿਲ੍ਹੇ ਗੁਜਰਾਤ ਦੇ ਕੱਪ ਨੇ, ਕਿਤਨੇ ਕੱਪਾਂ 'ਚ ਐਂਟਰੀ ਸੀ ਤੁਹਾਡੀ? ਅਸੀਂ ਵਿਸਾਖ 2023 ਦੇ ਤਕਰੀਬਨ ਸਾਡੇ 35 ਟੂਰਨਾਮੈਂਟ ਹੈ ਪੰਜਾਬ ਦੇ ਵਿੱਚ ਤੇ ਇਲਾਕਾਈ ਵੀ, ਠੀਕ ਹੈ, ਜਿਹਦੇ 'ਚ ਅਸੀਂ 15 ਟੂਰਨਾਮੈਂਟ ਜਿਹੜੇ ਨੇ ਵਿਨ ਕੀਤੇ ਨੇ। ਉਸ ਤੋਂ ਬਾਅਦ ਜਿਹੜੇ ਪੰਜਾਬ ਟਾਈਗਰ ਕੱਪ ਉਹਦੇ ਸਾਡੀ ਤੀਸਰੀ ਪੋਜੀਸ਼ਨ ਆਈ ਹੈ। ਸਹੀ, ਮੀਆਂ ਸੁਪਰ ਚੈਂਪੀਅਨ ਟਰਾਫੀ ਰਾਣੇ ਅਮਨ ਵਾਲੇ 'ਚ ਤੀਸਰੀ ਪੋਜੀਸ਼ਨ ਆਈ ਹੈ। ਇਸ ਤਰ੍ਹਾਂ ਕਰਕੇ ਜਿਹੜੇ ਪੰਜਾਬ ਦੇ ਟੂਰਨਾਮੈਂਟ ਗੁਜਰਾਤ ਦੀਆਂ 'ਚ ਸੈਕਿੰਡ ਪੋਜੀਸ਼ਨ ਜਿਤਨੇ ਮਤਲਬ ਹੈ ਸਾਰੇ ਟੂਰਨਾਮੈਂਟ ਓਵਰਆਲ ਜਿਤਨੇ ਸਾਰਿਆਂ 'ਚ ਪੋਜੀਸ਼ਨ ਆਈ ਹੈ। ਉਸ ਤੋਂ ਬਾਅਦ ਸਾਡੇ ਅਸੂ ਦੇ ਵਿੱਚ 1-1 ਮੁਕਾਬਲੇ ਹੈ ਅਤੇ ਉਸ ਦੇ ਨਾਲ ਨਾਲ ਟੂਰਨਾਮੈਂਟ ਹੈ ਤਕਰੀਬਨ ਪਹਿਲੇ 24 ਸਤੰਬਰ ਨੂੰ ਵਾਂਡੇ ਉੱਡੇ ਆ ਜਿਹੜਾ ਅਸੀਂ ਚੈਂਪੀਅਨ ਹੋਏ ਹਾਂ ਤਿੰਨਾਂ ਜ਼ਿਲ੍ਹਿਆਂ ਦਾ, ਮੀਰਪੁਰ ਮੰਡੀ ਬਾਬਲਦੀਨ ਅਤੇ ਗੁਜਰਾਤ ਦਾ।
ਉਸ ਦੇ ਸਾਡੇ 83 ਘੰਟੇ ਬਣੇ ਨੇ। ਸੱਤ ਕਬੂਤਰਾਂ ਨਾਲ 83 ਘੰਟੇ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਬਾਹੂ ਭਾਈ, ਵਨ ਟੂ ਵਨ ਮੁਕਾਬਲੇ ਕਿੰਨਾ ਕਰਾਉਣਾ ਸੀ? ਸਾਡੇ ਦੇ ਜ਼ਿਆਦਾ ਵਨ ਟੂ ਵਨ ਮੁਕਾਬਲੇ ਰਾਜ ਕਾਕਾ ਪਾਰਟੀ ਨਾਲ ਹੈ, ਵਿਕਾਸ ਗੁੱਜਰ ਨਾਲ, ਜ਼ਿਲਮ ਨੋਸ਼ੀ ਗੁੱਜਰ ਨਾਲ, ਗੁਲਫਾਮ ਗੋਗਨ ਨਾਲ, ਡਾਕਟਰ ਦਨਾਨ ਕਿਆਨੀ ਨਾਲ। ਅੱਛਾ, ਅਲਹਮਦੁਲਿਲਾ ਸਾਰਿਆਂ ਕੋਲ ਤਕਰੀਬਨ ਵਨ ਟੂ ਵਨ ਮੁਕਾਬਲੇ ਜਿੱਤੇ ਨੇ। ਕਿਆ ਬਾਤ ਹੈ ਬਹੁਤ ਜੀ, ਇੱਕ ਬਹੁਤ ਮੈਂ ਅਗਰ ਤੁਸੀਂ ਪੰਜਾਬ ਦੇ ਲੈਵਲ ਨਾਲ ਅਗਰ ਗੱਲ ਕੀਤੀ ਜਾਏ, ਸ਼ਗਿਰਦ ਤਾਂ ਤੁਸੀਂ ਬਹੁਤ ਵੱਡੇ ਉਸਤਾਦ ਦੇ ਹੋ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਲੇਕਿਨ ਪੰਜਾਬ ਦੇ ਲੈਵਲ ਨਾਲ ਗੱਲ ਕੀਤੀ ਜਾਏ ਉਸ ਨਿਸਬਤ ਤੁਸੀਂ ਖਿਲਾੜੀ ਛੋਟੇ ਹੋ, ਲੇਕਿਨ ਖਿਲਾੜੀ ਛੋਟੇ ਹੋਣ ਦੇ ਬਾਵਜੂਦ ਇਤਨੀ ਅੱਛੀ ਪਰਫਾਰਮੈਂਸ ਦਿੱਤੀ ਕਿ ਪੂਰੇ ਪੰਜਾਬ 'ਚ ਦੂਸਰੀ ਤੀਸਰੀ ਚੌਥੀ ਪੋਜੀਸ਼ਨ ਤੁਸੀਂ ਵਿਸਾਖ 2023 'ਚ ਲਈ ਹੈ, ਅਤੇ ਕੀ ਕਹਿਣਾ ਚਾਹੁੰਦੇ ਹੋ, ਕੀ ਕਿਤਨੀ ਮਿਹਨਤ ਕੀਤੀ ਹੈ, ਕਿਸ ਤਰ੍ਹਾਂ ਇਤਨਾ ਅੱਛਾ ਰਿਜ਼ਲਟ ਆਇਆ, ਦੋਸਤਾਂ ਨੂੰ ਦੱਸੋ ਜ਼ਰਾ। ਕਬੂਤਰਬਾਜ਼ੀ ਮਿਹਨਤ ਹੀ ਹੈ, ਜਿਤਨੀ ਬੰਦਾ ਮਿਹਨਤ ਕਰ ਲਏ, ਬਾਕੀ ਜਿਹੜਾ ਫਨ ਹੈ ਜਿਸ ਬੰਦੇ ਕੋਲ ਆ ਜਾਵੇ, ਅਤੇ ਅਲਹਮਦੁਲਿਲਾ ਮਿਹਨਤ ਹੀ ਕਰੀ ਦੀ ਹੈ, ਸਾਰਾ ਸਾਲ ਮਿਹਨਤ ਕਰੀ ਦੀ ਹੈ, ਲੇਕਿਨ ਅਜੇ ਵੀ ਸਾਡੇ ਪਰਿੰਦੇ ਉਸ ਲੈਵਲ ਦੇ ਨਹੀਂ ਜਿਸ ਲੈਵਲ ਦੇ ਸਾਨੂੰ ਚਾਹੀਦੇ ਨੇ, ਪੰਜਾਬ ਲੈਵਲ ਦੇ ਪਰਿੰਦੇ ਸਾਡੇ ਕੋਲ ਅਜੇ ਉਸ ਲੈਵਲ ਦੇ ਨਹੀਂ, ਬਾਕੀ ਹਰ ਚੀਜ਼ ਸਾਡੇ ਕੋਲ ਅਲਹਮਦੁਲਿਲਾ ਹੈ, ਲੇਕਿਨ ਇਨਸ਼ਾਅੱਲਾ ਤਾਲਾ ਆਸਤਾ ਆਸਤਾ ਮਿਹਨਤ ਕਰ ਰਹੇ ਹਾਂ, ਪਰਿੰਦੇ ਜਿਹੜੇ ਨੇ ਅੱਛੇ ਬਣਾ ਰਹੇ ਹਾਂ, ਤਾਂ ਕਿ ਆਉਣ ਜੇਠ ਰਿਜ਼ਲਟ ਜਿਹੜਾ ਪੰਜਾਬ 'ਚ ਅੱਛਾ ਦੇਵੇ। ਬਹੁ ਭਾਈ, ਮਾਸ਼ਾਅੱਲਾ, ਬਰਸਰੇ ਰੋਜ਼ਗਾਰ, ਤੁਸੀਂ ਦੁਬਈ 'ਚ ਸੈਟਲ ਹੋ, ਲੇਕਿਨ ਦੁਬਈ 'ਤੇ ਤੁਸੀਂ ਮੁਕੰਮਲ ਹੁੰਦੇ ਹੋ, ਕਬੂਤਰਬਾਜ਼ੀ ਦੌਰਾਨ ਤੁਸੀਂ ਫੌਰਨ ਪਾਕਿਸਤਾਨ ਆ ਜਾਂਦੇ, ਕਿਸ ਤਰ੍ਹਾਂ ਮੈਨੇਜ ਕਰਦੇ ਹੋ ਆਪਣੇ ਕਾਰੋਬਾਰ ਨੂੰ ਵੀ, ਫਿਰ ਕਬੂਤਰਬਾਜ਼ੀ ਨੂੰ ਵੀ? ਬਸ ਹੈ ਸ਼ੌਂਕ। ਕਾਲ ਪਹਿਲੇ ਕੱਟੋ। ਕਿਸ ਤਰ੍ਹਾਂ ਮੈਨੇਜ ਕਰਦੇ ਹੋ ਆਪਣੇ ਕਾਰੋਬਾਰ ਨੂੰ ਵੀ, ਫਿਰ ਕਬੂਤਰਬਾਜ਼ੀ ਨੂੰ ਵੀ? ਬਸ ਕਬੂਤਰਬਾਜ਼ੀ ਦਾ ਸ਼ੌਂਕ ਜਨੂੰਨ ਬਚਪਨ ਤੋਂ ਹੀ ਹੈ, ਅਤੇ ਬਸ ਜਿਹੜਾ ਜਿਸ ਟਾਈਮ ਸੀਜ਼ਨ ਆਉਣਾ ਉਸੇ ਟਾਈਮ ਮੈਂ ਜਿਹੜਾ ਪਾਕਿਸਤਾਨ ਆ ਜਾਂਦਾ, ਉਹ ਦਾਗ ਮਿਹਨਤ ਕਰਦੀ, ਬਾਕੀ ਪਿੱਛੇ ਜਿਹੜੇ ਮਾਵਤ ਹੈ ਨੇ ਸਾਰਾ ਸਾਲ ਮਿਹਨਤ ਕਰਦੇ ਰਹਿੰਦੇ ਨੇ, ਅਤੇ ਬਸ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਹੈ, ਵਾਲਦ ਸਾਹਿਬ ਦੀਆਂ ਦੁਆਵਾਂ ਨੇ, ਅਤੇ ਬਸ ਨਿਜ਼ਾਮ ਚੱਲਦਾ ਪਿਆ ਅਲਹਮਦੁਲਿਲਾ। ਜ਼ਿਆਦਾ ਸੀਜ਼ਨ ਖੇਡਣ ਕੋ ਕਿਹੜਾ ਸਾ ਸੀਜ਼ਨ ਜਿਹੜਾ ਤੁਹਾਨੂੰ ਬੜਾ ਮਜ਼ਾ ਆਉਂਦਾ ਕਬੂਤਰਬਾਜ਼ੀ ਕਰਨ ਦਾ? ਅਸਲ ਸੀਜ਼ਨ ਤਾਂ ਜੇਠ ਦਾ, ਲੇਕਿਨ ਅਸੀਂ ਜੇਠ ਅਜੇ ਖੇਡੇ ਨਹੀਂ ਹੈ ਪ੍ਰੋਪਰ, ਜਿਹੜਾ ਅਸੀਂ 2 ਸਾਲ ਸਾਡਾ ਜਿਹੜਾ ਬਹੁਤ ਅੱਛਾ ਰਿਜ਼ਲਟ ਆ ਰਿਹਾ ਛੱਤ ਦਾ, ਹੁਣ ਇਨਸ਼ਾਅੱਲਾ ਤਾਲਾ ਅਸੀਂ 2024 ਜੇਠ ਖੇਡਾਂਗੇ, ਅਤੇ ਮੌਸਮ ਜੇਠ ਹੀ, ਬਾਕੀ ਫਿਰ ਸਾਰੇ ਚਾਰੇ ਸੀਜ਼ਨ ਖੇਡਣਾ ਚਾਹੀਦਾ, ਮੌਸਮ ਜਿਹੜਾ ਜੇਠ ਵਿੱਚ ਵੀ ਖਰਾਬ ਹੁੰਦੇ ਨੇ, ਇਸ ਦਫ਼ਾ ਜੇਠ ਵਿੱਚ ਵੀ ਕਾਫੀ ਮੌਸਮ ਖਰਾਬ ਹੋਏ ਨੇ, ਬਿਲਕੁਲ ਟੈਂਪਰੇਚਰ ਵੀ ਨਹੀਂ ਆ, ਅਤੇ ਬਸ ਇਹ ਨਾਲ ਹੁੰਦਾ, ਨਾਲ ਮੁਕੱਦਰ ਹੁੰਦੇ ਨੇ ਇਨਸਾਨ ਦੇ, ਜਿਹੜਾ ਜਿਤਨੀ ਮਿਹਨਤ ਕਰਦਾ ਜਿਤਨੇ ਅੱਛੇ ਕਬੂਤਰ ਬਣਾ ਲੈਂਦਾ। ਬਹੁ ਜੀ, ਜਿਹੜੇ ਤੁਸੀਂ ਕੱਪਾਂ ਦੇ ਚੈਂਪੀਅਨ ਹੋਏ ਹੋ ਆਪਣੇ 13-14 ਕੱਪਾਂ ਦੀ, ਉਹਨਾਂ ਦੀ ਕਿਤਨੀ ਛੱਤਾਂ ਸੀ, ਹਾਈਐਸਟ ਛੱਤਾਂ ਕਿੰਨੇ ਕਿਹੜੇ ਕੱਪਾਂ 'ਚ, ਕਿਤਨੀਆਂ ਛੱਤਾਂ? ਸਾਰੇ ਟੂਰਨਾਮੈਂਟ 50-60 ਛੱਤ, ਮਤਲਬ ਹਰ ਟੂਰਨਾਮੈਂਟ ਜੀ, ਅਤੇ ਉਸ ਤੋਂ ਇਲਾਵਾ ਇਨਸ਼ਾਅੱਲਾ ਤਾਲਾ ਜਿਹੜਾ ਸਾਡੇ ਵਨ ਟੂ ਵਨ ਮੁਕਾਬਲੇ ਜੇਲਮ 'ਚ ਬੜੇ ਤਗੜੇ ਮੁਕਾਬਲੇ, ਅੱਛੇ ਉਸਤਾਦਾਂ ਨਾਲ ਮੁਕਾਬਲੇ, ਅਲਹਮਦੁਲਿਲਾ ਉਹ ਵੀ ਮੁਕਾਬਲੇ 'ਚ ਵਿਨ ਕੀਤੇ ਨੇ, ਟੂਰਨਾਮੈਂਟ ਵੀ ਕਾਫੀ ਵਿਨ ਕੀਤੇ ਨੇ, ਹਾਲਾਂਕਿ ਸਾਡੇ ਨਾਲ ਬੈਡ ਲੱਗ ਵੀ ਹੁੰਦੀ ਜੀ, ਦੋ ਦਿਨ ਸਾਡੀਆਂ ਇੱਕ ਇੱਕ ਮਾਦੀ ਰਾਤ ਵੀ ਰਹਿੰਦੀ ਜੀ, ਬਹਰਹਾਲ ਅਲਹਮਦੁਲਿਲਾ ਅੱਲਾਹ ਦਾ ਬੜਾ ਸ਼ੁਕਰ, ਜਿੰਨਾ ਸ਼ੁਕਰ ਅੱਲਾਹ ਤਾਲਾ ਦਾ ਅਦਾ ਕਰੀਏ ਉਤਨਾ ਹੀ ਕੰਮ। ਮਾਸ਼ਾਅੱਲਾ, ਪਰ ਡੇ ਕੀ ਐਵਰੇਜ ਆਈਏ ਬਾਊ ਜੀ ਛੇ ਕਬੂਤਰਾਂ ਦੀ? ਸਾਡੇ ਅਸੀਂ ਜਿਹੜਾ ਹੁਣ 800 ਦਾ ਬਣਾਇਆ, 70 ਘੰਟੇ ਸਾਡੇ ਬਣਦੇ ਨੇ, 82 ਘੰਟੇ 83 ਬਣਦੇ ਨੇ, ਉਸ ਤੋਂ ਬਾਅਦ ਜਿਹੜਾ ਵਾਂਡੇ ਵਿੱਚ ਵੀ ਉਹ, ਹਾਲਾਂਕਿ ਕਾਫੀ ਕਬੂਤਰ ਗਾਇਆ ਹੋ ਗਏ ਮੌਸਮਾਂ 'ਚ, ਅਤੇ ਫਿਰ ਵੀ ਅਲਹਮਦੁਲਿਲਾ ਜਿਹੜਾ ਨਾ ਮਿਹਨਤ ਕਰਕੇ ਕਾਫੀ ਜਿਹੜਾ ਰਿਜ਼ਲਟ ਕਾਫੀ ਅੱਛਾ ਆ ਗਿਆ। 80+ ਨਾਲ ਤੁਰਦੇ ਰਹੇ ਹੋ, ਅਤੇ ਮਾਸ਼ਾਅੱਲਾ ਪੋਜੀਸ਼ਨਾਂ 'ਚ ਵੀ ਆ ਗਏ, ਅਤੇ ਵਨ ਟੂ ਵਨ ਮੁਕਾਬਲੇ ਵੀ ਜਿੱਤ ਲਏ, ਅਤੇ 80+ ਦੇ ਅਗਰ ਨਿਸਬਤ ਦੇਖੀ ਜਾਏ, ਤਾਂ ਪਹਿਲਾ ਕਬੂਤਰ 10-11-12 ਘੰਟੇ ਦੀ ਐਵਰੇਜ ਦੇਗਾ ਅਤੇ ਪੜੇਗਾ? 10 ਲਾਜ਼ਮ, 10 ਘੰਟੇ 80 ਦੇ ਵਿੱਚ 10 ਤਾਂ ਥੋੜ੍ਹਾ ਸਾਡਾ ਦਿਨ ਦੇ ਸੀ, ਸਾਰੇ ਕਬੂਤਰ 5-6 ਤੋਂ ਬਾਹਰ ਬਹਿਣ, ਲੇਕਿਨ ਕਬੂਤਰ ਅੱਛੇ ਜ਼ਾਇਆ ਹੋ ਜਾਣ ਅਤੇ ਫਿਰ ਉਹਦੀ ਵਜ੍ਹਾ ਤੋਂ ਜਿਹੜਾ ਮਸਲੇ ਮਸਾਇਲ ਬਣਦੇ ਨੇ, ਕਬੂਤਰ ਅੱਛਾ ਹੀ ਹੋਵੇ ਤਾਂ ਫਿਰ ਹੀ ਉੱਡਦਾ। ਬਿਲਕੁਲ, ਅਤੇ ਲਾਈਟਾਂ 'ਤੇ ਕਬੂਤਰ ਇੱਥੇ ਲਗਾਉਣ ਲੱਗੇ, ਮੁਸ਼ਕਲਾਂ ਪੇਸ਼ ਆਈਆਂ ਤੁਹਾਨੂੰ? ਨਹੀਂ ਕੋਈ ਨਹੀਂ ਮੁਸ਼ਕਲ ਦੀ ਆਉਂਦੀ, ਉਹ ਤਾਂ ਲੱਗ ਜਾਂਦੇ ਨੇ ਈਜ਼ੀ ਲਾਈਟ 'ਤੇ ਆਸਾਨੀ ਨਾਲ। ਕਿਆ ਜ਼ਿਆਦਾ ਕਿਹੜੇ ਕਬੂਤਰਾਂ ਦੀ ਤਾਦਾਦ ਤੁਹਾਡੇ ਕੋਲ ਇੱਥੇ ਉੱਡੀ? ਸਾਡੇ ਕੋਲ ਜਿਹੜੇ ਕਬੂਤਰ ਅਸੀਂ ਦੁਬਈ ਤੋਂ ਭੇਜੇ ਨੇ, ਤਕਰੀਬਨ 65 ਕਬੂਤਰ ਭੇਜੇ ਨੇ ਅਸੀਂ, ਅਤੇ ਉਸ ਵਜ੍ਹਾ ਤੋਂ ਜਿਹੜਾ ਟੈਡੀ ਗੋਲਡਨ ਕਬੂਤਰ ਸਾਡੇ ਕੋਲ ਜ਼ਿਆਦਾ ਨੇ, ਹੁਣ ਅਸੀਂ ਭਲਾਏ ਕਬੂਤਰ ਵੀ ਸ਼ਾਮਿਲ ਕਰ ਰਹੇ ਹਾਂ, ਇਨਸ਼ਾਅੱਲਾ ਤਾਲਾ ਕਬੂਤਰ ਜਿਹੜੇ ਨੇ ਦਿਨ ਬ ਦਿਨ ਅੱਛੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਦੇਖੋ ਅੱਗੋਂ ਜੋ ਅੱਲਾਹ ਤਾਲਾ ਨੂੰ ਮਨਜ਼ੂਰ ਹੈ। ਆਉਣ ਵਾਲੇ ਵਕਤਾਂ 'ਚ ਤੁਹਾਡਾ ਸ਼ੌਕ ਮਾਸ਼ਾਅੱਲਾ ਬਿਹਤਰੀਨ ਹੋ ਜਾਏਗਾ, ਯਾਨੀ ਕਿ ਇਸ ਤੋਂ ਜ਼ਿਆਦਾ ਹਰ ਬੰਦੇ ਦਾ ਦਿਨ ਇਹੀ ਹੁੰਦਾ ਕਿ ਦਿਨ ਬ ਦਿਨ ਮੈਂ ਅੱਛੇ ਤੋਂ ਅੱਛਾ ਕਰਾਂ। ਜੀ ਜੀ, ਅੱਛਾ ਕਰਨ ਵਾਸਤੇ ਫਿਰ ਜਿਹੜਾ ਮਾਮਲਾਤ ਨੇ ਉਹ ਮਿਹਨਤ ਕਰਨੀ ਪੈਂਦੀ ਹੈ, ਇਨਸ਼ਾਅੱਲਾ ਮਿਹਨਤ ਕਰ ਰਹੇ ਹਾਂ, ਮੈਂ ਤਾਂ ਵਾਪਸ ਚਲਾ ਜਾਣਾ ਹਫ਼ਤੇ ਦੇ ਵਿੱਚ ਵਿੱਚ, ਬਾਕੀ ਇਨਸ਼ਾਅੱਲਾ ਤਾਲਾ ਅੱਲਾਹ ਦੀ ਰਾਤ ਖੈਰ ਕਰੂੰਗਾ।
ठीक हो गया बहुत जी। इस छत्ते बहुत अच्छा कबूतर जिहड़ा तुहाडे कोल इस टाइम दो तीन साल तो अच्छी परफॉर्मेंस दे रहा कौड़ा कबूतर है नहीं है कबूतर केड़े कबूतर चो एक कबूतर है असल ते बेसिक सियालकोटी कबूतर ही बने हैं। अच्छा अच्छी मसाज बड़ा अच्छा उड़िया पर साढ़े आठ सीजन नए समझो कबूतर आते हैं जेडे उडाल जेडे अगे आल सानू शौक है सिर्फ उडाण का उडाल है जेडे अच्छे उड़ गए उन्होंने उडाल जेडे बह गए अगले सीजन डाल कबूतर ने असं प्यार श्यार कदे नहीं किया डंडा जेड़ा उन्होंने मगर ही रखना बारह महीने कबूतर उडाते ही रहना। क्या बात है बहुत जी किसे बाजी च किसी कबूतर पर जिथे फस जाते हो आगे कोई समझो बहर होंगी फिर उस्ताद मिठू लाली साहब ने की डिस्कस करते हो किस तरह गाइड करते हैं उस्ताद भी सारी बात आ पंजाब बॉर्डर होंगे वन टू वन मुकाबले तैयार उड़ रहे होंगे ने और उस्ताद उन्होंने माशाला लत दस शिगिर्द पार्टीसपेट कर रहे होंगे ने तो तुसरी किस तरह उस्ताद उन्हें रबता करते तो मतलब किस तरह गाइड करते हैं तुम साढ़ा तो पहली बैल से फोन चुक लेंगे क्या बात है क्या बात है उन्होंने बड़ा प्यार है माशाल्लाह सर जितना भी मतलब सीखे उन्होंने को सीखे ये भी सीखने पे उन्होंने को बाकी फिर ओवरऑल तुम्हें पता बंदे की अपनी इतनी ज्यादा बाजियां आवन इतने ज्यादा मामला जेठ से आवन बंदा थक भी जाता सुता भी होता बंदा सारा मामला करने पा लेकिन फिर भी अलहमदुल्ला जिस टाइम फोन किया उस टाइम उन्हें सानू जेड़ा जो पूछा उस टाइम दसिया। क्या बात है जी वो तो लो जी दोस्तों इस छत की हॉट फेवरेट मादी है तो यह शौक करवाने तू ए बारे बाऊ जी को पुछते हैं दो जी माशाला बाऊ जी की परफॉर्मेंस है इस मादी की दसो जी दसी नहीं उडाई तो विसाख सारा जितनी फटकाई चार तो बाद बंद रही है दो जी विसाख तो ऐसी जेठ हरगा विसाख से विसाख डाढ़ा से जेठ हाँ जी वही ना जेठ हरगा विसाख होया की जेठ माशाला विसाख च कोई फिर तो ग्यारह बारह की नीचे नहीं बैठी चार बजे पहला चार तो बाद माशाला बैठी चार तो पहले अज तक नहीं कभी बैठी ए देखो माशाला दे पर देखो दोस्तों कबूतर दी की परफॉर्मेंस रही है चार बाद बंदा रहे असों में जून छे बाद बंदा रहे माशाल्लाह दस ग्यारह घंटे परवाजा ने स्लेटा लाया असू च भी माशाल्लाह इस कबूतर दारह दस बारह घंटे परवाजा ने जब मैं नहीं कहना अख नहीं छड़नी क्योंकि मैं सारे फोकस पॉइंट देखो दोस्तों माशाल्लाह मोर भी लगी इनू पर छो ये देखो माशाल्लाह का पर भी लिखो माशाल्लाह दा बैन दुम दिखो बहुत आला जी माशाल्लाह या वह कबूतर ने जेडे बाऊ भाई दे चैंपियन हो रहे माशाल्लाह और हर कबूतर दस ग्यारह बारह घंटे की परफॉर्मेंस दे के इस हफ्ते माशाल्लाह कामयाब बनाने च बड़ा अहम किरदार है कबूतरां दा माशाल्लाह अलमोला चो कबूतर पर देखो क्या बात है नौवां दसवां अठवां पर देखो अभी दस ग्यारह घंटे ना बैठता रहा हर फर्द छे तो बाहर बैठा माशाल्लाह क्या बात है जी बाऊ जी के कबूतर ने जी उड़न वाले माशाल्लाह बाहर कढ़ दे सारे उस तो बाद तुहानू जोड़न वाले कबूतरों का शौक कराने सारे माशाल्लाह जेडे
चैंपियन बनाने च एन कबूतर का बड़ा अहम किरदार है। और माशाल्लाह बहुत आला कबूतर ने। डोर बंद कर दो, इधर आज बाहर निकलना, बाहर इतने माशाल्लाह सारे कबूतर चैंपियन बने ने माशाल्लाह। और चैंपियन बनने च एन कबूतर का बड़ा अहम किरदार रहा वा बाऊ भाई जी बनाने का। कबूतरों की कंडीशन देख के भी पता लग रहा है माशाल्लाह दोस्तों, ये भी कबूतर 10-11 घंटे ना उड़े है। और विसाख च भी माशाल्लाह कबूतर बड़ा अच्छा उड़े बाऊ भाई को, अगे माधी माशाल्लाह। इस तो बाद लाइव होवांगे मंडी बावलदीन तो उस्ताद काशिफ अल वहाब फर्नीचर वाले की छत तो उन्होंने प्रवासी कबूतरों का शौक करवावांगे। यह मादी माशाल्लाह जेठ च और विसाख च बहुत उड़ी है। ओके दोस्तों, तुहानू ब्रीडर कबूतरों का शौक करवाने। माशाल्लाह अगों तैयारी कर रहे हैं पट्टियों पट्ठे, तादाद घट है लेकिन अच्छी तादाद है कबूतरों की। मंगाओ कबूतर बाऊ भाई, 2-3 जोड़े फिर शौक कराई चलिए। माशाल्लाह जी कलेखल ग्रुप, उस्ताद अमीर मुख्तियार खान साहब, उस्ताद मिठू लाली, उस्ताद हसन लाली, उस्ताद बाऊ गुजर छत, बाऊ गुजर जादीवाल। माशाल्लाह चैंपियन छत, चैंपियन रिजल्ट। और माधी का माँ प्यो लै के सब तो पहले जी सियालकोट। ये जी माशाल्लाह डेरा उस्ताद बाऊ गुजर साहब का। बाऊ जी होर सुनाओ कोई बाजी की गलबात, कोई ऐसी बाजी विसाख की या जेठ की जिस तुसी बड़े परेशान हुए हो लेकिन सुबह फतेह मिल गई हो। बराबर जा रहे थे, फाइनल बाजी 10-15 मिनट तो जित गए। की लगता मुकाबला हार जांगे? ओवरऑल तो कबूतर उस दिन जेड़े 2-3 ने जल्दी बैठ गए, पर तू कबूतर जेड़े ने फिर शाम ते टूट गए सी। क्या बात है। लो जी जेड़ी पहली मादी उपर चैंपियन मादी का शौक कराया उदे मां प्यो दा कौन शौक करो जरा दोस्तों। तो वे धुप च दा मजा दा शौक होना जरा धुप च हो। आइज ड्रॉप है तो धुप ची आवाज होने लो दोस्तों। माशाल्लाह ऊपर माधी सियालकोटी का शौक कराया सी उहदा प्यो प्यो ना जी मां है मां वे देखो जी अखां दे डॉट जर्रे रिंग बहुत शुक्रिया आई साहब। हाजी साहब ठीक है जनाब, खरीद से हैं। इस कबूतरी की माँ है जी माशाल्लाह। पर देखो माशाल्लाह दा कितना बारीक पर है, बिल्कुल हाकी बनी बगला माशाल्लाह, बहुत आला जी। इस तरह चलो जी, बाऊ जी का नंबर 1 जुड़ा माशाल्लाह।
जिसके बच्चे माशाल्लाह बड़े अच्छी परफॉर्मेंस देते हैं, 10 घंटे 11 के मालिक ने। बहुत आला जी, पकड़ो नर, नर तो माशाल्लाह मादी ने भी ज़्यादा ज़बरदस्त है। देखो जी माशाल्लाह नर का शौक करो, दोस्तों माशाल्लाह कबूतर दे रिंग देखो, जर्रे देखो, दे नाल एक ब्लैक रिंग दे नाल एक रिंग आ रहा, सारी क्वालिटियां मेरे ख्याल बहुत जी इस रिंग दी होंदी है ना जी। बहुत जी, ये कबूतर कितों आया था? देखो एक दोस्त दे उन्हें दिता एक कबूतर, फैसलाबाद दी जोन से रहा चो तो नहीं जी उसी, असल अंदर ही हाल सारे। चल नहीं पै कबूतर खाने, उस तो बाद खाने जी। साढ़े फैसलाबाद के जौन सिरे बड़े मशहूर रहे हैं, बिल्कुल उन्होंने एक कबूतर है। तो साढ़े फैसलाबाद हूँ भी कई घर ऐसे मौजूद ने कि जिन्हों चो ए कबूतर पे ने। हाई साहब, हाजी साहब, इदा ना करया करो जनाब। हूँ पर दिखाना इस कबूतर का अंदर ही हाल सारे। देखो माशाल्लाह दोस्तों का पर बहुत ही शानदार, बहुत बड़ा कबूतर है माशाल्लाह, बहुत आला। हूँ सिर्फ अगे देखो, छोड़ो अंदर ही मारे। देखो जी माशाल्लाह क्या हसीन कबूतर है माशाल्लाह, फैसलाबादी जौन सिरे कबूतर ने, हरे गाटे वाले। छोड़ो ਲੈ ਚਲ ਤੁਸੀਂ ਉਹ ਆਉਂਦਾ ਲਾਜ਼ਮ ਗੱਡੀ ਖੜੀ।